ਪੰਜਾਬ ਪਵਿੱਤਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੋਂ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤਾਂ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਬਾਅਦਿਆਂ ਜੀ ਹੋਂਦੀ ਪਹਿਲੀ ਵੱਡੀ ਖਬਰ ਦੇ ਬੱਲ ਹੁਣ ਸਾਬਕਾ ਸੀਐਮ ਚੰਨੀ ਦਾ ਲੱਗੇਗਾ ਨੰਬਰ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਸੀਐਮ ਮਾਨ ਜਾਂ ਦੋਸਤੋ ਸਾਬਕਾ ਮੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਪੰਜਾਬ ਸਰਕਾਰ ਦੇ ਰਡਾਰ ਤੇ ਹੰਤੇ ਮੀਡੀਆ ਰਿਪੋਰਟਰਾਂ ਨੇ ਮੁਤਾਬਕ ਸੀਐਮ ਮਾਨ ਦੇ ਵੱਲੋਂ ਚੰਨੀ ਤੇ 142 ਕਰੋੜ ਦੀ ਗ੍ਰਾਂਟ ਅਲਾਟ ਕਰਨ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋਸ਼ ਹੈ ਕਿ ਸੂਬੇ ਦੀ ਇਹ ਰਾਸ਼ੀ ਸਰਪਤ ਤਿੰਨ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੰਡੀ ਗਈ ਹੈ ਤੇ ਉਹਨਾਂ ਦੇ ਹਲਕੇ ਦੇ ਵਿੱਚ ਵੀ ਭਾਰੀ ਨਜਾਇਜ਼ ਮਾਈਨਿੰਗ ਹੋਈ ਹੈ ਤੇ ਜਿਸ ਦੇ ਲਈ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਤੇ ਮਾਨ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਵਿਰੁੱਧ ਕੀਤੀ ਗਈ ਕਾਰਵਾਈ ਨੇ ਪੰਜਾਬ ਕਾਂਗਰਸ ਦੇ ਵਿੱਚ ਹੜਕੰਪ ਮਚਾ ਦਿੱਤਾ ਹੈ ਮਾਨ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਤੋਂ ਬਾਅਦ ਕਾਂਗਰਸ ਦੇ ਕਈ ਸਾਬਕਾ ਵਿਧਾਇਕ ਅਤੇ ਮੰਤਰੀ ਵਿਜੀਲੈਂਸ ਦੀ ਰਡਾਰ ਤੇ ਹਨ ਵੱਡੀ ਖਬਰ ਆ ਪੀਐਮ ਮੋਦੀ ਨੇ ਪੰਜਾਬ ਵਾਸੀਆਂ ਨੂੰ ਦਿੱਤੀ ਵੱਡੀ ਸੁਗਾਤ ਕੈਂਸਰ ਹਸਪਤਾਲ ਦਾ ਕੀਤਾ ਉਦਘਾਟਨ ਤਾਂ ਦੋਸਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਬੁੱਧਵਾਰ ਨੂੰ ਪੰਜਾਬ ਵਾਸੀਆਂ ਨੂੰ ਵੱਡੀ ਸੁਗਾਤ ਦਿੰਦੇ ਹੋਏ ਮੁਲਾਪੁਰ ਦੇ ਵਿੱਚ ਹੋਮੀ ਭਾਵਾ ਕੈਂਸਰ ਹਸਪਤਾਲ ਦਾ ਉਦਘਾਟਨ ਕਰ ਦਿੱਤਾ ਗਿਆ ਤੇ ਇਸ ਮੌਕੇ ਉਹਨਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਕੈਬਨਿਟ ਮੌਜੂਦ ਰਹੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਵੀ ਇਸ ਸਮਾਗਮ ਦੇ ਵਿੱਚ ਮੌਜੂਦ ਹਨ ਤੇ ਇਸ ਹਸਪਤਾਲ ਨੂੰ 600 ਕਰੋੜ ਦੀ ਲਾਗਤ ਦੇ ਨਾਲ ਬਣਾਇਆ ਗਿਆ ਤੇ ਜਿਸ ਦਾ ਫਾਇਦਾ ਪੰਜਾਬ ਸਮੇਤ ਨਾਲ ਲੱਗਦੇ ਸੂਬਿਆਂ ਨੂੰ ਵੀ ਮਿਲੇਗਾ ਪੰਜਾਬ ਨੂੰ ਲੁੱਟਣ ਵਾਲਿਆਂ ਤੋਂ ਇੱਕ ਇੱਕਾ ਪੈਸੇ ਦਾ ਹਿਸਾਬ ਲਾਮਾ ਕੇ ਸੀਐਮ ਭਗਵੰਤ ਮਾਨ ਜੀ ਹਾਂ ਦੋਸਤੋ ਭਗਵੰਤ ਮਾਨ ਸਰਕਾਰ ਦੀ ਸਾਫਕਾ ਕਾਂਗਰਸੀ ਮੰਤਰੀਆਂ ਦੇ ਖਿਲਾਫ ਸ਼ਕਤੀ ਮਗਰੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਆਮ ਨੂੰ ਸਾਹਮਣੇ ਆ ਗਏ ਹਨ ਤੇ ਜਿੱਥੇ ਕਾਂਗਰਸ ਇਸ ਨੂੰ ਬਦਲੇ ਦੀ ਭਾਵਨਾ ਦੇ ਨਾਲ ਵਿਜੀਲੈਂਸ ਵਿਰੋਧੀ ਦਰਬਾਰ ਤੋਂ ਦੇ ਇਲਜਾਮ ਲਾਰੀਆ ਤੇ ਉਥੇ ਆਮ ਆਦਮੀ ਪਾਰਟੀ ਇਸ ਨੂੰ ਭ੍ਰਸ਼ਟਾਚਾਰ ਦੇ ਖਿਲਾਫ ਜੰਗ ਦੱਸ ਰਹੀ ਹੈ ਤੇ ਇਸ ਬਾਰੇ ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਦੇ ਉੱਪਰ ਵੀਡੀਓ ਸ਼ੇਅਰ ਕੀਤਾ ਹੈ ਵੀਡੀਓ ਦੇ ਵਿੱਚ ਬਖਾਇਆ ਗਿਆ ਕਿ ਕਾਂਗਰਸ ਦੇ ਲੀਡਰ ਪਹਿਲਾਂ ਵਿਜੀਲੈਂਸ ਬਿਊਰੋ ਨੂੰ ਬੰਗਾਰੇ ਹਨ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਵੋ ਫਿਰ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂਰੀ ਗ੍ਰਿਫਤਾਰੀ ਮੌਕੇ ਕਾਂਗਰਸ ਦੇ ਲੀਡਰ ਵਿਜੀਲੈਂਸ ਬਿਊਰੋ ਦੇ ਅਫਸਰਾਂ ਦੇ ਨਾਲ ਔਲਜ ਰਹੇ ਹਨ ਤੇ ਆਮ ਆਦਮੀ ਪਾਰਟੀ ਨੇ ਵੀਡੀਓ ਟਵੀਟ ਕਰਦਿਆ ਕੈਪਸ਼ਨ ਲਿਖਿਆ ਹੈ ਕਿ ਪਹਿਲਾ ਕਹਿੰਦੇ ਸੀ ਸਾਨੂੰ ਫੜ ਲਵੋ ਤੇ ਹੁਣ ਜਦੋਂ ਫੜ ਲੇ ਕਹਿੰਦੇ ਹੋ ਕਿਉਂ ਫੜੇ ਤੇ ਪੰਜਾਬ ਨੂੰ ਲੁੱਟਣ ਵਾਲਿਆਂ ਤੋਂ ਇੱਕ ਇੱਕ ਪੈਸੇ ਦਾ ਹਿਸਾਬ ਲਵਾ ਕੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਚੋਂ ਗੈਂਗਬਾਰ ਦਾ ਖਤਰਾ ਕੇਂਦਰ ਸਰਕਾਰ ਦੇ ਅਲਰਟ ਮਗਰੋਂ ਪੰਜਾਬ ਪੁਲਿਸ ਚੌਕਸ ਤਾਂ ਦੋਸਤੋ ਪੰਜਾਬ ਦੇ ਵਿੱਚ ਗੈਂਗਬਾਰ ਤੇਜ਼ ਹੋ ਸਕਦੇ ਤੇ ਕੇਂਦਰੀ ਗ੍ਰਹਿ ਮੰਤਰੀ ਨੇ ਵੀ ਪੰਜਾਬ ਪੁਲਿਸ ਨੂੰ ਚਿੱਠੀ ਲਿਖ ਕੇ ਇਹਦੇ ਲਈ ਚੌਕਸ ਕੀਤਾ ਤੇ ਇਸ ਮਗਰੋਂ ਪੰਜਾਬ ਪੁਲਿਸ ਦੇ ਲਈ ਗੈਂਗਬਾਰ ਰੋਕਣਾ ਇੱਕ ਵੱਡੀ ਚੁਣੌਤੀ ਬਣ ਗਿਆ ਤੇ ਇਸ ਵੇਲੇ ਬੰਬੀਹਾ ਗੈਂਗ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੀ ਦੋਸ਼ਮਣੀ ਸਭ ਤੋਂ ਵੱਡੀ ਸਰਦਾਰਦੀ ਹੈ। ਬੰਬੀਹਾ ਗੈਂਗ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦਾ ਬਦਲਾ ਲੈਣ ਦਾ ਐਲਾਨ ਕੀਤਾ ਹੈ। ਉਧਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ ਦੇ ਮੁਖੀ ਨੂੰ ਚਿੱਠੀ ਲਿਖ ਕੇ ਗੈਂਗਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਤੇ ਪੇਚੀਟਰ ਦਰਾਂ ਨ ਹਮਲਾ ਹੋ ਸਕਦਾ ਹੈ। ਮੰਤਰਾਲੇ ਦੇ ਵੱਲੋਂ ਲਿਖੀ ਇਸ ਚਿੱਠੀ ਦੇ ਵਿੱਚ ਕਿਹਾ ਗਿਆ ਹੈ ਕਿ ਸਰਾਜ ਸਿੰਘ ਸੰਧੂ ਤੇ ਹਮਲਾ ਕਰਨ ਤੋਂ ਬਾਅਦ ਹੁਣ ਬੰਬੀਹਾ ਗੈਂਗ ਦੀਆਂ ਨਿਗਾਹਾਂ ਇਹਨਾਂ ਦੋਵਾਂ ਗੈਂਗਸਟਰਾਂ ਤੇ ਟਿਕੀਆਂ ਹੋਈਆਂ ਹਨ ਜੋ ਪੰਜਾਬੀ ਗਾਇਕ ਸ਼ੋਭਦੀਪ ਸਿੰਘ ਸਿੱਧੂ ਔਰਪਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਫਰਾਕ ਦੇ ਵਿੱਚ ਹੈ ਪੰਜਾਬ ਸਰਕਾਰ ਦੇ ਵੱਲੋਂ ਕਣਕ ਦਾ ਮਿਆਰੀ ਬੀਜਾ ਖਾਦ ਅਤੇ ਦਵਾਈਆਂ ਬਾਜਬ ਮੌਲ ਤੇ ਕਿਸਾਨਾਂ ਨੂੰ ਉਪਲਬਧ ਕਰਵਾਈਆਂ ਜਾਣਗੀਆਂ ਕੁਲਦੀਪ ਸਿੰਘ ਢਾਲੀਵਾਲ ਜੀ ਹਾਂ ਦੋਸਤੋ ਸਵੇਰੀ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਕਣਕ ਦਾ ਮਿਆਰੀ ਬੀਜਾ ਖਾਦ ਅਤੇ ਦਵਾਈਆਂ ਬਾਜਬ ਮੌਲ ਤੇ ਕਿਸਾਨਾਂ ਨੂੰ ਉਪਲਬਧ ਕਰਵਾਈਆਂ ਜਾਣਗੀਆਂ ਤੇ ਅੱਜ ਇਥੇ ਪੰਜਾਬ ਐਗਰੋ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਉੱਚ ਪੱਧਰੀ ਮੀਟਿੰਗ ਦੇ ਉਪਰੰਤ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਕਣਕ ਦੇ ਨਕਲੀ ਬੀਜ ਦਾ ਇੱਕ ਵੀ ਦਾਣਾ ਬਾਜ਼ਾਰ ਦੇ ਵਿੱਚ ਨਹੀਂ ਵੇਚਣ ਦਿੱਤਾ ਜਾਵੇਗਾ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਸਾਡੀ ਖੇਤੀ ਦਾ ਆਧਾਰ ਬੀਜ ਹੈ ਤੇ ਇਸ ਲਈ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਮਿਆਰੀ ਬੀਜ ਬਾਜ਼ਵ ਮੁੱਲ ਤੇ ਮੁਹੱਈਆ ਕਰਵਾਇਆ ਜਾਵੇਗਾ ਤੇ ਉਨ੍ਹਾਂ ਨੇ ਕਿਹਾ ਕਿ ਭਗਵਾਨ ਤੁਮਨ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਪ੍ਰਾਈਵੇਟ ਤੌਰ ਤੇ ਗੈਰ ਮਿਆਰੀ ਬੀਜ ਵੇਚਣ ਵਾਲੇ ਲੋਕਾਂ ਦੀ ਲੋਟ ਤੋਂ ਬਚਾਉਣ ਦੇ ਲਈ ਇਹ ਇੱਕ ਵੱਡਾ ਉਪਰਾਲਾ ਹੈ ਸੰਗਰੂਰਾ ਜ਼ਿਲ੍ਹੇ ਦੇ ਸਭ ਤੋਂ ਵੱਡੇ ਗੁਰਦੁਆਰੇ ਮਾਸਤੂਆਣਾ ਸਹਿਬ ਵਿਖੇ ਬੀਆਰਬੀ ਦੀ ਕੋਸ਼ਿਸ਼ ناکਾਮਤਾ ਦੋਸਤੋ ਬੀਤੇ ਲੰਘੇ ਸਮੇਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਹੋਰ ਧਾਰਮਿਕ ਗ੍ਰੰਥਾਂ ਦੇ ਬੀਆਰਬੀਆਂ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ ਤੇ ਜਿੱਥੇ ਕਈ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਹੁਣ ਤੱਕ ਕਾਬੂ ਵੀ ਨਹੀਂ ਕੀਤਾ ਜਾ ਸਕਿਆ ਤੇ ਉਥੇ ਹੀ ਕਈ ਮਾਮਲੇ ਦੇ ਵਿੱਚ ਫੜੇ ਗਏ ਦੋਸ਼ੀਆਂ ਨੂੰ ਹੁਣ ਤੱਕ ਕੋਈ ਵੀ ਸਜ਼ਾ ਨਹੀਂ ਮਿਲੀ ਹੈ ਇਸ ਕੜੀ ਦੇ ਵਿੱਚ ਅੱਜ ਸੰਗਰੂਰਾ ਜ਼ਿਲ੍ਹੇ ਦੇ ਸਭ ਤੋਂ ਵੱਡੇ ਗੁਰਦੁਆਰੇ ਮਾਸਤੂਆਣਾ ਸਹਿਬ ਵਿਖੇ ਬੇਅਰਬਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਸ਼ਮਾ ਰਹਿੰਦੇ ਸੇਵਾਦਾਰਾਂ ਦੇ ਬਲੋ ਫਰਤੀ ਕਰਕੇ ਨਾਕਾਮ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸਵੇਰੇ 5 ਵਜੇ ਦੀ ਵਾਪਰੀ ਜਦੋਂ ਇੱਕ ਸ਼ਖਸ ਮੱਥਾ ਟੇਕਣ ਦੇ ਬਹਾਨੇ ਗੁਰੂ ਘਰ ਦੇ ਵਿੱਚ ਵੜਿਆ ਪਰ ਉਹਦੇ ਚਾਲ ਚੱਲਣ ਨੂੰ ਵੇਖ ਸੇਵਾਦਾਰਾਂ ਨੂੰ ਪਹਿਲਾਂ ਹੀ ਉਸਤੇ ਸ਼ੱਕ ਹੋ ਗਿਆ ਤੇ ਸੇਵਾਦਾਰ ਦੇ ਮੁਤਾਬਕ ਇਹ ਸ਼ਖਸ ਸਿੱਧਾ ਹੀ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਤੇ ਨੇੜੇ ਪਹੁੰਚ ਗਿਆ ਤੇ ਜਿਵੇਂ ਹੀ ਉਸਨੇ ਪ੍ਰਕਾਸ਼ ਅਸਥਾਨ ਤੇ ਆਲਦਵਾਲੇ ਲੱਗੇ ਜੰਗਲੇ ਨੂੰ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਸੇਵਾਦਾਰਾਂ ਨੇ ਉਸ ਨੂੰ मौके ਤੇ ਹੀ ਦਬੋਚ ਲਿਆ ਤੇ ਹਾਲੇ ਤੱਕ ਉਕਤ ਵਿਅਕਤੀ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਤੇ ਉਹ ਕਿੱਥੋਂ ਦਾ ਰਹਿਣ ਵਾਲਾ ਤੇ ਉਹਦਾ ਕੀ ਇਰਾਦਾ ਸੀ ਐਸਾ ਸੂਬੇ ਦੇ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਦੇ ਲਈ ਮਿਲੇਗੀ ਸਕਾਲਰਸ਼ਿਪ ਅਤੇ ਦੋਸਤੋ ਝਾਰਖੰਡ ਸਰਕਾਰ ਨੇ ਵਿਦਿਆਰਥੀਆਂ ਦੇ ਲਈ ਅਹਿਮ ਕਦਮ ਚੁੱਕਿਆ ਤੇ ਹੁਣ ਵਿਦਿਆਰਥੀਆਂ ਨੂੰ ਵਿਦੇਸ਼ਾਂ ਦੇ ਵਿੱਚ ਪੜ੍ਹਨ ਦੇ ਲਈ ਵਜੀਫਾ ਦਿੱਤਾ ਜਾਵੇਗਾ ਅਨੁਸੂਚਿਤ ਜਾਤਾਂ ਅਨੁਸੂਚਿਤ ਕਬੀਲਿਆਂ ਪਛੜੀਆਂ ਸਰਹਣੀਆਂ ਅਤੇ ਘੱਟ ਗਿਣਤੀਆਂ ਦੇ ਹੁਣ ਹਰ ਬੱਚਿਆਂ ਨੂੰ ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਜੈ ਵਿਨੇਗਾ ਮਾਰੰਗਾ ਗੋਮਕੇ ਜੈਪਾਲ ਸਿੰਘ ਮੁੰਡਾ ਸਕਾਲਰਸ਼ਿਪ ਦਿੱਤੀ ਜਾਵੇਗੀ ਤੇ ਐਸਾ ਗਲੋਬਲ ਸਕਾਲਰਸ਼ਿਪ ਸਕੀਮ ਆਪਣੇ ਆਪ ਦੇ ਵਿੱਚ ਵੱਖਰੀਆ ਤੇ ਇਸ ਸੰਬੰਧ ਦੇ ਵਿੱਚ ਰਾਜ ਸਰਕਾਰ ਤੇ ਵਿਦੇਸ਼ ਰਾਸ਼ਟਰ ਮੰਡਲ ਅਤੇ ਵਿਕਾਸ ਦਫਤਰ ਬ੍ਰਿਟਿਸ਼ ਹਾਈ ਕਮਿਸ਼ਨ ਨਵੀਂ ਦਿੱਲੀ ਦੇ ਵਿੱਚ ਸਮਝੌਤਾ ਪੱਤਰ ਤੇ ਹਕਤਾक्षर ਕੀਤੇ ਗਏ ਹਨ ਪੈਟਰੋਲਾ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਵਿਚਾਰੇ ਵਿੱਤ ਮੰਤਰੀ ਨੇ ਕੀਤਾ ਵੱਡਾ ਐਲਾਨ ਸੁਣ ਕੇ ਹੋ ਜਾਓਗੇ ਖੁਸ਼ हां दोस्तों पेट्रोल और डीजल दी बढ़ती महंगाई ਤੋਂ ਪਰੇਸ਼ਾਨ ਲੋਕਾਂ ਦੇ ਲਈ ਕੰਮ ਆਉਣ ਦੀ ਖਬਰ ਹੈ ਵਿੱਤ ਮੰਤਰੀ ਨਰਮਲਾ ਸੀਤਾਰਮਨ ਨੇ ਤੇਲ ਨੂੰ ਲੈ ਕੇ ਵੱਡਾ ਐਲਾਨ ਕੀਤਾ ਤੇ ਵਿੱਤ ਮੰਤਰੀ ਨੇ ਕਹਿ ਕੇ ਸਰਕਾਰ ਹੁਣ ਹਰ 15 ਦਿਨਾਂ ਬਾਅਦ ਕੱਚੇ ਤੇਲਾਂ ਡੀਜ਼ਲ પેટ્રોલ ਤੇ 에ਅਰਕ੍ਰਾਫਟ ਫਿਊਲ ਤੇ ਲਾਏ ਗੇ ਨਵੇਂ ਟੈਕਸ ਦੀ ਸਮੀਖਿਆ ਕਰੇਗੀ ਦਰਅਸਲਾਂ ਅੰਤਰਰਾਸ਼ਟਰੀ ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਹਰ 15 ਦਿਨ ਬਾਅਦ ਤੇ ਟੈਕਸਾਂ ਦੀ ਸਮੀਖਿਆ ਕਰੇਗੀ ਤੇ ਵਿੱਤ ਮੰਤਰੀ ਸੀਤਾਰਮਨ ਨੇ ਗੱਲਬਾਤ ਦੇ ਦੌਰਾਨ ਕਿਹਾ ਹੈ ਕਿ ਇਹ ਮੁਸ਼ਕਲ ਸਮਾਂ ਹੈ ਵਿਸ਼ਵ ਪੱਧਰ ਤੇ ਤੇਲ ਦੀਆਂ ਕੀਮਤਾਂ ਬੇਲਗਾਮ ਹੋ ਗਈਆਂ ਹਨ ਤੇ ਅਸੀਂ ਨਰਿਆਤ ਨੂੰ ਨਰਾਸ਼ ਨਹੀਂ ਕਰਨਾ ਚਾਹੁੰਦੇ ਪਰ ਘਰੇਲੂ ਪੱਧਰ ਤੇ ਇਹਦੀ ਉਪਲਬਧਤਾ ਨੂੰ ਵਧਾਉਣਾ ਚਾਹੁੰਦੇ ਹਾਂ ਜੇ ਤੇਲ ਉਪਲਬਧ ਨਹੀਂ ਹੈ ਤੇ ਨਰਿਆਤ ਹਨੇਰੀ ਦੇ ਲਾਭਾਂ ਦੇ ਨਾਲ ਜਾਰੀ ਰਹਿੰਦਾ ਹੈ ਤਾਂ ਘੱਟੋ-ਘੱਟ ਇਸ ਦਾ ਕੁਝ ਹਿੱਸਾ ਸਾਡੇ ਨਾਗਰਿਕਾਂ ਦੇ ਲਈ ਵੀ ਰੱਖਿਆ ਜਾਣਾ ਚਾਹੀਦਾ ਤੇ ਸਰਕਾਰ ਨੇ ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਅਤੇ ਹਵਾਈ ਜਹਾਜ਼ ਦੇ ਇਧਨ ਦੇ ਨਰਿਆਤ ਤੇ ਟੈਕਸ ਲਾਉਣ ਦਾ ਵੀ ਐਲਾਨ ਕੀਤਾ ਦੱਸ ਰਿਹਾ ਕਿ ਪੈਟਰੋਲ ਅਤੇ ATF ਦੀ ਬਰਾਮਦ ਤੇ ਸ਼ੇਰਪੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਬਰਾਮਦ ਤੇ 13 ਰੁਪਏ ਪ੍ਰਤੀ ਲੀਟਰ ਦੇ ਦਰ ਦੇ ਨਾਲ ਟੈਕਸਾ ਲਗਾਇਆ ਗਿਆ ਤੇ ਇਹ ਨਮਾ ਨਿਜਮ 1 ਜੁਲਾਈ ਤੋਂ ਲਾਗੂ ਹੋ ਗਿਆ ਹੈ ਸਿੱਧੂ ਮੂਸੇਵਾਲਾ ਦੇ ਇਨਸਾਫ ਦੀ ਲੜਾਈ ਦੇ ਵਿੱਚ ਇਹਨਾਂ ਪੰਜਾਬੀ ਸਤਾਰਿਆਂ ਨੇ بلند ਕੀਤੀ ਆਵਾਜ਼ ਜੀਹਾਂ ਦੋਸਤੋ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹਦੇ ਮਾਪੇ ਪੁਲਿਸ ਦੀ ਜਾਂਚ ਤੋਂ ਖੁਸ਼ ਨਹੀਂ ਹੰਤੇ ਉਹਨਾਂ ਨੇ ਹੁਣ ਸਰਕਾਰ ਦੇ ਖਿਲਾਫ ਮੋਰਚਾ ਖੋਲਣ ਦਾ ਐਲਾਨ ਕੀਤਾ ਹੈ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਹਿ ਕੇ ਸਰਕਾਰ ਉਹਨਾਂ ਨੂੰ ਜਾਂਚ ਬਾਰੇ ਸਹੀ ਜਾਣਕਾਰੀ ਨਹੀਂ ਦੇ ਰਹੀ ਤੇ ਕੁਝ ਦਿਨ ਪਹਿਲਾਂ ਮਰਹੂਮ ਗਾਇਕ ਦੇ ਪਿਤਾ ਦੇ ਵੱਲੋਂ ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਜੇ ਅਸੀਂ ਜੇਕਰ ਉਹਨਾਂ ਦੇ ਪੁੱਤਰ ਦੇ ਕਤਲ ਦੇ ਨਾਲ ਅਸਿੱਧੇ ਤੌਰ ਤੇ ਜੁੜੇ ਲੋਕਾਂ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਅੰਦੋਲਨ ਕਰਨਗੇ ਤੇ ਉਹਨਾਂ ਨੇ ਕਹਿ ਕੇ ਜੇਕਰ ਅੰਦੋਲਨ ਦੇ ਵਿੱਚ ਉਹਨਾਂ ਦੇ ਨਾਲ ਕੋਈ ਵੀ ਨਹੀਂ ਹੋਇਆ ਤਾਂ ਵੀ ਉਹ ਆਪਣੀ ਪਤਨੀ ਦੇ ਨਾਲ ਅੰਦੋਲਨ ਕਰਨਗੇ ਤੇ ਇਸ ਤੋਂ ਬਾਅਦ ਬੀਤੇ ਦਿਨ ਬਲਕੌਰ ਸਿੰਘ ਦੇ ਵੱਲੋਂ ਆਪਣੇ ਅਧਿਕਾਰਤ ਅਕਾਊਂਟ ਦੇ ਉੱਪਰ ਪੋਸਟ ਸ਼ੇਅਰ ਕਰਕੇ ਕੈਂਡਲ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਤੇ ਦੱਸ ਰਿਹਾ ਕਿ ਇਨਸਾਫ ਦੀ ਇਸ ਲੜਾਈ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਵੀ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਖੜੇ ਹਨ ਤੇ ਪੰਜਾਬੀ ਅਦਾਕਾਰ ਸੂਨਮ ਬਾਜਵਾ ਗਾਇਕ ਰੁਪਿੰਦਰ ਹੰਡਾ ਬਾਰਵੀ ਮਾਣਾ ਨਿੰਜਾ ਅਫਸਾਨਾ ਖਾਨ ਸਾਂਝ ਅਤੇ ਹੋਰ ਕਈ ਕਲਾਕਾਰ ਨੇ ਆਪਣੇ ਅਧਿਕਾਰਤ ਅਕਾਊਂਟ ਦੇ ਉੱਪਰ ਪੋਸਟ ਸ਼ੇਅਰ ਕਰ ਮੂਸੇਵਾਲਾ ਦੇ ਸੰਸਾਪ ਦੇ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ ਹੁਣ ਸਿੱਖ ਸਰਦਾਰ ਲੁਭਾਰਤੀ ਸਰਹੱਦ ਤੋਂ ਹੀ ਕਰ ਸਕਣਗੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਕੇਂਦਰ ਨੇ ਲਿਆ ਵੱਡਾ ਫੈਸਲਾ ਜੀਹਾਂ ਦੋਸਤੋ ਪਾਕਿਸਤਾਨ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਇੱਕ ਸੁਵਿਧਾਜਨਕ ਦਰਸ਼ਨ ਸਥਾਨ ਬਣਾਉਣ ਦੀ ਸਿੱਖ ਕੌਮ ਦੀ ਮੰਗ ਨੂੰ ਪ੍ਰਵਾਨ ਕਰਦਿਆ ਕੇਂਦਰ ਨੇ 6 ਮਹੀਨਿਆਂ ਦੇ ਅੰਦਰ ਇੱਕ ਨਵਾਂ ਅਤੇ ਆਧੁਨਿਕ ਦਰਸ਼ਨ ਸਥਾਨ ਬਣਾਉਣ ਦੀ ਯੋਜਨਾ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਭਾਰਤ-ਪਾਕਿਸਤਾਨ ਸਰਹੱਦ ਤੇ ਭਾਰਤ ਵਾਲੇ ਪਾਸੇ ਤੇ ਜਗ੍ਹਾ ਬਣਾਉਣ ਦੀ ਯੋਜਨਾ ਤੇ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਇਸ ਨਵੇਂ ਦਰਸ਼ਨ ਸਥਾਨ ਦਾ ਇੱਕ ਬਲੂਪ੍ਰਿੰਟ ਹਾਸਲ ਕੀਤਾ ਹੈ। ਹੁਣ ਅਸ ਮੌਜੂਦਾ ਟਾਂਚੇ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਦਿੱਤਾ ਜਾਵੇਗਾ ਤੇ ਜਿੱਥੇ ਸਰਦਾਲੂ ਕਾਫੀ ਸਮੇਂ ਤੋਂ ਦੂਰ ਬਿੰਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਅੰਤਮ ਵਿਸ਼ਰਾਮ ਸਥਾਨ ਦੇ ਦਰਸ਼ਨ ਕਰੇ ਹਨ ਹਾਲਾਂਕਿ ਭਾਰਤ ਤੋਂ ਸਰਦਾਲੂ ਹਨ ਕਰਤਾਰਪੁਰ ਸਾਹਿਬ ਲੰਘੇ ਦੇ ਰਾਹੀਂ ਪਾਕਿਸਤਾਨ ਨਸਤ ਤ ਐਸ ਤੋਂ ਪਵਿੱਤਰ ਗੁਰਦੁਆਰੇ ਦੇ ਦਰਸ਼ਨ ਕਰ ਸਕਦੇ ਹਨ ਪਰ ਲੰਘੇ ਸਮੇਂ ਤੋਂ ਉਹਨਾਂ ਲੋਕਾਂ ਦੇ ਲਈ ਨਵੇਂ ਦਰਸ਼ਨ ਸਥਾਨ ਦੀ ਮੰਗ ਕੀਤੀ ਜਾ ਰਹੀ ਸੀ ਜੋ ਪਾਸਪੋਰਟਾਂ ਨਾ ਹੋਣ ਵਰਗੇ ਹੋਰ ਕਾਰਨਾ ਕਰਕੇ ਸਰਹੱਦ ਪਰ ਪਾਕਿਸਤਾਨ ਨਹੀਂ ਜਾ ਸਕਦੇ ਸਨ ਪੰਜਾਬ ਚ ਅੱਜ ਵੀ ਰਹਿਣਗੇ ਬਦਲ 27 ਅਗਸਤ ਤੱਕ ਪਾਰੀ ਮੀਂਹ ਦੀ ਸੰਭਾਵਨਾ ਤਾਂ ਦੋਸਤੋ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਨਸੂਨਾਂ ਸਰਗਰਮ ਹੋ ਗਿਆ ਤੇ ਇਸ ਕਾਰਨ ਸੂਬੇ ਦੇ ਵਿੱਚ ਮੌਸਮ ਦਾ ਪੈਟਰਨ ਫਿਰ ਤੋਂ ਬਦਲ ਜਾਵੇਗਾ ਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ ਵੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਬੱਦਲਵਾਜ਼ੀ ਰਹਿਣ ਦੀ ਸੰਭਾਵਨਾ ਹੈ ਤੇ ਆਦੇ ਨਾਲ ਹੀ 27 ਅਗਸਤ ਤੱਕ ਸਮਾਨ ਦੇ ਵਿੱਚ ਬੱਦਲ ਛਾਈ ਰਹਿਣਗੇ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਲੁਧਿਆਣਾ ਬੇਰਕਾ ਮਿਲਕ ਪਲਾਂਟ ਦੇ ਬਾਹਰ ਕਿਸਾਨਾਂ ਦਾ ਧਾਰਨਾ ਕਿ ਹਾਲੰਪੀਸਕੈਨਾ ਬਿਮਾਰੀ ਦੇ ਕਾਰਨ ਹੋਇਆ ਨੁਕਸਾਨਾ ਸਰਕਾਰ ਨਹੀਂ ਕਰ ਰਹੀ ਮਦਦ ਤਾਂ ਦੋਸਤੋ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕਿਸਾਨ ਜਥੇ ਬੰਗਾਂ ਨੇ ਅੱਜ ਫਰੋਇ ਪਰ ਰੋਡਸ ਤਹਿਤ ਬੇਰਕਾ ਮਿਲਕ ਪਲਾਂਟ ਦੇ ਬਾਹਰ ਧਾਰਨਾ ਦਿੱਤਾ ਤੇ ਕਿਸਾਨਾਂ ਕੋਲ ਬਲਜਿੰਦਰ ਸਿੰਘ ਬਲਾਕ ਪ੍ਰਧਾਨ ਪੱਖੋਵਾਲ ਕਦੀਆਂ ਨੇ ਕਿਹਾ ਕਿ ਬੇਰਕਾ ਮਿਲਕ ਪਲਾਂਟ ਉਹਨਾਂ ਤੋਂ ਵਸੂਲੇ ਜਾਣ ਵਾਲੇ ਦੁੱਧ ਦੀ ਕੀਮਤਾਂ ਨਹੀਂ ਵਧਾ ਰਿਹਾ ਐਸੇ ਨਾਲ ਹੀ ਹਾਲੰਪੀਸਕੈਨਾ ਦੀ ਬਿਮਾਰੀ ਦੇ ਕਾਰਨ ਕਿਸਾਨ ਲਗਾਤਾਰ ਘਾਟੇ ਵਿੱਚ ਜਾ ਰਿਹਾ ਹੈ ਕਈ ਪਸ਼ੂਆਂ ਦੀ ਓਲੰਪੀਸ ਕੈਨ ਨਿ ਬਿਮਾਰੀ ਦੇ ਨਾਲ ਮੌਤ ਹੋ ਚੁੱਕਿਆ ਤੇ ਪੰਜਾਬ ਸਰਕਾਰ ਨੇ ਹੁਣ ਤੱਕ ਓਲੰਪੀਸ ਕੈਨ ਦੀ ਬਿਮਾਰੀ ਦੇ ਲਈ ਸਿਰਫ 75 ਲੱਖ ਰੁਪਏ ਜਾਰੀ ਕੀਤੇ ਹਨ ਤੇ ਪੰਜਾਬ ਦੇ ਪਿੰਡਾਂ ਦੀ ਗਿਣਤੀ ਅਤੇ ਬਿਮਾਰ ਪਸ਼ੂਆਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਇੱਕ ਪਸ਼ੂ ਤੇ ਸਿਰਫ 625 ਰੁਪਏ ਬੈਟਰੀ ਹਨ ਜਾਰੀ ਕੀ ਕਿਸਾਨ ਇੱਕ ਪਸ਼ੂ ਤੇ 4 ਤੋਂ 5000 ਰੁਪਏ ਖਰਚ ਕਰਿਆ ਤੇ ਕਿਸਾਨਾ ਗੁਨਾ ਕਹਿਣ ਕਿ ਪੰਜਾਬ ਦੇ ਵਿੱਚ ਇਹ ਪਸ਼ੂ ਵੱਡੀ ਗਿਣਤੀ ਵਿੱਚ ਮਾਰੇ ਹਨ ਤਾਂ ਫਿਰ ਵੀ ਦੁੱਧ ਦੀ ਕਮੀ ਨਹੀਂ ਹੈ ਜੋ ਕਿ ਇੱਕ ਵੱਡਾ ਸਵਾਲ ਹੈ ਤੇ ਕਿਸਾਨਾਂ ਦਾ ਦੋਸ਼ ਹੈ ਕਿ ਪੰਜਾਬ ਦੇ ਲੋਕਾਂ ਨੂੰ ਨਕਲੀ ਦੁੱਧ ਸਪਲਾਈ ਕੀਤਾ ਜਾ ਰਿਹਾ ਤੇ ਸਿਹਤ ਵਿਭਾਗ ਦੇ ਵੱਲੋਂ ਨਕਲੀ ਦੁੱਧ ਬਣਾਉਣ ਵਾਲੀਆਂ ਫੈਕਟਰੀਆਂ ਤੇ ਵੀ ਛਾਪੇ ਮਾਰੀ ਨਹੀਂ ਕੀਤੀ ਜਾ ਰਹੀ। ਜਮਹੂਰੀ ਕਿਸਾਨ ਸਭਾ ਦੇ ਸਕੱਤਰ ਰਗੂਵੀਰ ਸਿੰਘ ਬੈਣੀਪਾਲ ਨੇ ਕਹਿ ਕੇ ਕਿਸਾਨਾਂ ਦੇ ਨਾਲ ਬਾਹਰ ਕੀਤਾ ਗਿਆ ਸੀ ਕਿ ਸਰਕਾਰ ਦੇ ਵੱਲੋਂ 30 ਰੁਪਏ ਪ੍ਰਤੀ ਕਿਲੋ ਫੈਟ ਅਤੇ 20 ਰੁਪਏ ਪ੍ਰਤੀ ਕਿਲੋ ਫੈਟ ਮਾਰਕ ਫੈਟ ਵੱਲੋਂ ਦਿੱਤੀ ਜਾਣੀ ਸੀ ਪਰ ਨਹੀਂ ਮਿਲੀ ਤੇ ਆ ਦੇ ਨਾਲ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ 1 ਲੱਖ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦੇਵੇ ਜੋ ਕਿ ਲੰਪਿਸ ਕੈਨਬ ਮਾਰੀ ਦੇ ਕਾਰਨ ਮਾਰੇ ਹਨ ਜਦ ਮਾਰੇ ਹਨ ਅੱਜ 10 ਤੋਂ ਲੈ ਕੇ 2 ਵਜੇ ਤੱਕ ਸਰਕਾਰੀ ਬੱਸਾਂ ਰੀਆਂ ਬੰਦ ਪੀਆਰਟੀਸੀ ਅਤੇ ਪੰਨ ਬੱਸਰੇ ਠਿਕਾ ਮਲਾਇਮ ਨੇ ਕੀਤਾ ਚੱਕਾ ਜਾਮ ਜੀਆ ਦੋਸਤੋ ਜੇਕਰ ਅੱਜ ਤੁਸੀਂ ਸਫਰ ਕਰਨ ਦੀ ਯੋਜਨਾ ਬਣਾਈ ਸੀ ਤਾਂ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੱਸ ਸਟੈਂਡਾਂ ਤੇ ਚੱਕਾ ਜਾਮ ਰਿਹਾ ਕਿਉਂਕਿ ਪੰਜਾਬ ਰੋਡਵੇ ਦੇ ਠਿਕਾ ਮਲਾਇਮ ਨੇ ਅੱਜ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਚੱਕਾ ਜਾਮ ਕਰਕੇ ਬੱਸ ਸਟੈਂਡ ਬੰਦ ਰੱਖੇ ਹੋਏ ਸਨ ਪੰਜਾਬ ਰੋਡਵੇਜ ਪਨਬੱਸ ਤੇ ਪੀਆਰਟੀਸੀ ਦੇ ਠੇਕਾ ਮਲਾਈ ਮਣੇ ਤਨਖਾਹ ਨਾ ਮਿਲਣ ਤੇ ਪਟਿਆਲਾ ਵਿਖੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ 4 ਘੰਟੇ ਦਾ ਚੱਕਾ ਜਾਮ ਕਰਕੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਪੰਜਾਬ ਰੋਡਵੇਜ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰ ਜੂਨੀਅਨ ਦੇ ਪ੍ਰਧਾਨ ਸਹਿਜਪਾਲ ਸਿੰਘ ਸੰਧੂ ਜਰਨਲ ਸਕੱਤਰ ਜਸਦੀਪ ਸਿੰਘਾ ਤੇ ਸੀਨੀਅਰ ਉਪ ਪ੍ਰਧਾਨ ਹਰਕੇਸ਼ ਵਿੱਕੀ ਨੇ ਕਿਹਾ ਕਿ ਹੁਣ ਉਹਨਾਂ ਦੇ ਕੋਲ ਚੱਕਾ ਜਾਮ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਸੀ ਉਨ੍ਹਾਂ ਨੇ ਦੱਸਿਆ ਕਿ ਕਈ ਵਾਰ ਮੈਨੇਜਮੈਂਟ ਨੂੰ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਦੀ ਤਨਖਾਹ ਸਮੇਂ ਸਿਰ ਜਾਰੀ ਕੀਤੀ ਜਾਵੇ ਪਰ ਤਕਰੀਬਨ ਸਾਰਾ ਮਹੀਨਾ ਬੀਤ ਗਿਆ ਤੇ ਹਾਈ ਤੱਕ ਵੀ ਤਨਖਾਹ ਨਹੀਂ ਆਈ ਤੇ ਜੇਕਰ ਅਗਲੇ ਮਹੀਨੇ ਵੀ ਤਨਖਾਹ 7 ਤਰੀਕ ਤੋਂ ਪਹਿਲਾਂ ਜਾਰੀ ਨਾ ਕੀਤੀ ਗਈ ਤਾਂ ਯੂਨੀਅਨ ਦੇ ਵੱਲੋਂ ਹਰ ਮਹੀਨੇ ਦੀ 10 ਤਰੀਕ ਨੂੰ ਸਾਰੇ ਡਿਪੂਆਂ ਦੇ ਵਿੱਚ ਗੇਟ ਰੈਲੀ ਕੀਤੀ ਜਾਇਆ ਕਰੇਗੀ